ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਹੋਪ ਕਰਤਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਿਹੜੀ ਆਪਾਂ ਵੀਡੀਓ ਲੈ ਕੇ ਆਏ ਅੱਜ ਪਟਿਆਲਾ ਸ਼ਹੀ ਪੱਗ ਦੀ, ਐਂਡ ਤੱਕ ਦੇਖਣਾ ਵੀਡੀਓ ਨੂੰ। 6 ਲੜਾਂ ਦੀ ਪੱਗ ਹੈ, ਸੋ ਸਾਰੇ ਵੀਰਾਂ ਨੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ, ਕਿਉਂਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਅੱਜ ਦੀ ਵੀਡੀਓ ਵਿੱਚ। ਸੋ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਨੇ ਜੀ ਸੈਂਟਰ ਵਿੱਚ ਜਿਹੜਾ ਜੂੜਾ ਕਰ ਲੈਣਾ, ਹਲਕੇ ਹਲਕੇ ਹੱਥਾਂ ਨਾਲ ਜਿਹੜਾ ਆਪਾਂ ਕੇਸਾਂ ਨੂੰ ਰਾਊਂਡ ਕਰਨਾ। ਉਸ ਤੋਂ ਬਾਅਦ ਜਿਹੜਾ ਆਪਣਾ ਪਟਕਾ ਆ ਜਾਊਗਾ, ਜਿਹੜਾ ਕਿ ਆਪਾਂ 1.5 ਮੀਟਰ ਦਾ ਲੈ ਲੈਣਾ, ਇਹ ਨਾਲ ਆਪਾਂ ਸਿਰ ਦੇ ਉੱਪਰ ਕਵਰ ਕਰਕੇ ਉਸ ਤੋਂ ਬਾਅਦ ਪਿੱਛੇ ਗੱਠ ਮਾਰ ਲਾਂਗੇ। ਅਤੇ ਜਿਹੜੇ ਆਪਣੇ ਬਾਹਰ ਕੇਸ ਨਿਕਲ ਰਹੇ ਨੇ ਉਹਨਾਂ ਨੂੰ ਆਪਾਂ ਅੰਦਰ ਵੱਲ ਨੂੰ ਕਰ ਲੈਣਾ, ਤਾਂ ਜੋ ਆਪਣੇ ਪ੍ਰੋਪਰਲੀ ਜਿਹੜੇ ਕੇਸ ਅੰਦਰ ਹੋ ਰਹੇ ਹਨ। ਅਤੇ ਪਿੱਛੇ ਗੱਠ ਜਿਹੜੀ ਮਾਰਨੀ ਹੈ ਉਹ ਤੁਸੀਂ ਜਿਹੜੀ ਹਲਕੀ ਜਿਹੀ ਮਾਰਨੀ, ਜ਼ਿਆਦਾ ਟਾਈਟ ਨਹੀਂ ਮਾਰਨੀ ਹੈਗੀ, ਤਾਂ ਜੋ ਬਾਹਰ ਵਿੱਚ ਤੁਹਾਨੂੰ ਉਹ ਸਿਰ ਦੁਖਣ ਦੀ ਪ੍ਰੋਬਲਮ ਨਾ ਦੇਵੇ। ਅਤੇ ਹੁਣ ਜਿਹੜੇ ਆਪਣੇ ਬਾਹਰ ਨੂੰ ਆਏ ਹੋਏ ਨੇ, ਇਹਨਾਂ ਨੂੰ ਬਾਜ ਦੀ ਮਾਰ ਨਾਲ ਆਪਾਂ ਅੰਦਰ ਵੱਲ ਨੂੰ ਕਰ ਲਾਂਗੇ ਨਾਲ ਦੇ ਨਾਲ ਹੀ। ਸੋ ਪਿੱਛੋਂ ਵੀ ਕਰ ਲਾਂਗੇ ਆਪਾਂ ਥੋੜ੍ਹੇ ਬਹੁਤ ਜਿਹੜੇ ਆਪਣੇ ਵਾਲ ਬਾਹਰ ਆਏ ਹੋਣੇ। ਸੋ ਉਹ ਤੋਂ ਬਾਅਦ ਜਿਹੜਾ ਆਪਣਾ ਬੇਸ ਬੰਨਿਆ ਜਾਊਗਾ, ਅਤੇ ਤੁਸੀਂ 1.5 ਮੀਟਰ ਦਾ ਹੀ ਪਟਕਾ ਲੈਣਾ। ਜੇ ਤੁਸੀਂ ਜ਼ਿਆਦਾ ਵੱਡਾ ਯੂਜ਼ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਆ। ਬਾਕੀ ਇੰਨਾ ਕੁ ਜਿਹੜਾ ਪਰਫੈਕਟ ਹੁੰਦਾ ਆਪਣਾ ਪਟਿਆਲਾ ਸ਼ਹੀ ਪੱਗ ਲਈ, ਹਰ ਇੱਕ ਪੱਗ ਲਈ ਸਹੀ ਰਹਿੰਦਾ ਇਹ ਵੈਸੇ ਬੇਸ, ਮੈਂ ਤਾਂ ਸਾਰਿਆਂ ਪੱਗਾਂ 'ਚ ਇਹੀ ਬੇਸ ਯੂਜ਼ ਕਰਦਾ ਹੁੰਦਾ। ਉਸ ਤੋਂ ਬਾਅਦ ਜਿਹੜਾ ਆਪਣਾ ਬਚਦਾ ਕੱਪੜਾ ਹੋਊਗਾ ਉਹਨੂੰ ਫੋਲਡ ਕਰਾਂਗੇ 2 ਸਾਈਡਾਂ ਤੋਂ, ਅਤੇ ਸਿਰ ਦੇ ਉੱਤੋਂ ਲੈ ਕੇ ਆਵਾਂਗੇ ਆਪਾਂ ਰਾਈਟ ਸਾਈਡ ਨੂੰ, ਉਹਨੂੰ ਚੱਕਾਂਗੇ ਉੱਤੋਂ ਨੂੰ। ਰਾਈਟ ਸਾਈਡ ਨੂੰ ਚੱਕਣ ਤੋਂ ਬਾਅਦ ਲੈਫਟ ਸਾਈਡ ਨੂੰ ਥੱਲੇ ਵੱਲ ਨੂੰ ਲੈ ਕੇ ਆਉਣਾ, ਜਿੱਥੇ ਆਪਾਂ ਲੜ ਲਗਾਉਣੇ ਹੁੰਦੇ ਹਾਂ ਉੱਥੇ ਰੱਖਣਾ ਇਹਨੂੰ। ਜਿੱਥੇ ਹੁਣ ਆਪਾਂ ਨੇ ਲੜ ਲਗਾਇਆ, ਮਤਲਬ ਇਹਦਾ ਜਿਹੜਾ ਲੈਫਟ ਸਾਈਡ 'ਤੇ ਲਗਾਇਆ ਇਹਨੂੰ, ਤਾਂ ਤੁਸੀਂ ਉਹ ਜਗ੍ਹਾ ਦੀ ਇੱਕ ਕੱਪੜਾ ਵੀ ਯੂਜ਼ ਕਰ ਸਕਦੇ ਹੋ ਚਾਹੋ ਤਾਂ, ਥੋੜ੍ਹੀ ਹੋਰ ਫਲਾਵਟ ਆਊਗੀ ਪੱਗ ਵਿੱਚ। ਵੈਸੇ ਮੈਂ ਤੁਹਾਨੂੰ ਇਹੀ ਰੈਕਮੈਂਡ ਕਰੂੰਗਾ ਕਿ ਇੱਦਾਂ ਜ਼ਿਆਦਾ ਵਧੀਆ ਰਹਿੰਦਾ ਬਿਨਾਂ ਕੱਪੜੇ ਤੋਂ, ਅਤੇ ਇਹ ਕੰਫਰਟੇਬਲ ਵੀ ਰਹਿੰਦਾ। ਜੇ ਤੁਸੀਂ ਜ਼ਿਆਦਾ ਫਲਾਵਟ ਕਰਨੀ ਆ, ਮਤਲਬ ਕਈ ਵੀਰਾਂ ਨੂੰ ਹੁੰਦਾ ਕਿ ਥੋੜ੍ਹੀ ਜ਼ਿਆਦਾ ਮਤਲਬ ਫਲਾਵਟ ਵਧੀਆ ਲੱਗਦੀ ਹੈ ਕਈਆਂ ਨੂੰ, ਤਾਂ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਜਿੱਥੇ ਆਪਾਂ 50 ਬੰਨੀ ਆ, ਉਹ ਜਗ੍ਹਾ 'ਤੇ ਆਪਾਂ ਕੱਪੜਾ ਯਾਰ ਰੱਖ ਸਕਦੇ ਹੁੰਦੇ ਹਾਂ। ਬਾਕੀ ਇਹ ਬੇਸ ਬਹੁਤ ਸੋਹਣਾ, ਤੁਸੀਂ ਸਾਰੀਆਂ ਪੱਗਾਂ ਵੀ ਟਰਾਈ ਕਰ ਸਕਦੇ ਹੋ। ਪਟਿਆਲਾ ਸ਼ਹੀ ਪੱਗ ਲਈ ਤਾਂ ਬਹੁਤ ਪਰਫੈਕਟ ਹੈ ਇਹ। ਹੁਣ ਉਸ ਤੋਂ ਬਾਅਦ ਜਿਹੜੀ ਆਪਣੀ ਪੱਗ ਆ ਉਹ 7.5 ਮੀਟਰ ਦੀ ਆ, ਉਹ ਬੰਨਾਂਗੇ ਹੁਣ ਆਪਾਂ। ਜਿਹੜੇ ਆਪਣੇ ਕੇਸ ਬਾਹਰ ਸੀਗੇ ਉਹਨਾਂ ਨੂੰ ਅੰਦਰ ਵੱਲ ਨੂੰ ਕਰ ਲਾਂਗੇ। ਉਸ ਤੋਂ ਬਾਅਦ ਹੁਣ ਆਪਣਾ ਜਿਹੜਾ ਪਹਿਲਾ ਲੜ ਆ ਜਾਊਗਾ ਸਿਰ ਦੇ ਉੱਤੋਂ ਦੀ, ਪਹਿਲਾ ਲੜ ਸਿਰ ਦੇ ਉੱਤੋਂ ਲਿਆਉਣ ਤੋਂ ਬਾਅਦ ਆਪਾਂ ਇਹਨੂੰ ਬਿਲਕੁਲ ਸੈਂਟਰ 'ਚ ਖੋਲ ਲੈਣਾ ਦੋਨੋਂ ਪਾਸਿਓਂ ਦੀ ਲੈਫਟ ਸਾਈਡ ਤੋਂ। ਉਸ ਤੋਂ ਬਾਅਦ ਹਲਕਾ ਹਲਕਾ ਇਹਨੂੰ ਫੋਲਡ ਕਰਾਂਗੇ ਥੱਲੇ ਵੱਲ ਨੂੰ। ਥੱਲੇ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਮੋਟਾ ਹੋ ਜਾਊਗਾ ਲੜ, ਉੱਪਰੋਂ ਚੱਕਾਂਗੇ 4 ਉਂਗਲਾਂ ਦੀ ਮਦਦ ਨਾਲ, ਨਾਲ ਹੀ ਇਹਨੂੰ ਰੱਖ ਕੇ ਲਗਾ ਲਾਂਗੇ ਸਿਰ ਦੇ ਉੱਤੋਂ ਦੀ। ਬਾਕੀ ਇਹਨੂੰ ਥੋੜ੍ਹਾ ਜਿਹਾ ਤਿਰਛਾ ਲਗਾਉਣਾ ਆਪਾਂ ਨੇ ਤਾਂ ਜੋ ਬਾਹਰ ਵਿੱਚ ਸਹੀ ਲੱਗੇ, ਅਤੇ ਥੋੜ੍ਹੀ ਜਿਹੀ ਜਿਹੜੀ 50 ਹੈ ਤੁਸੀਂ ਉੱਪਰ ਨੂੰ ਚੱਕ ਸਕਦੇ ਹੋ। ਮੈਂ ਥੋੜ੍ਹੀ ਜ਼ਿਆਦਾ ਥੱਲੇ ਤਾਂ ਰੱਖੀ ਸੀਗੀ, ਕਿਉਂਕਿ ਇਹਦੇ ਨਾਲ ਫਿਰ ਯਾਰ ਮੇਰੀ ਜਿਹੜੇ ਲੜਨ ਸਕਿੱਪ ਨਹੀਂ ਮਤਲਬ ਸਲਿਪ ਨਹੀਂ ਕਰਦੇ ਹੈਗੇ, ਬਟ ਬਾਅਦ 'ਚ ਥੋੜ੍ਹੀ ਪ੍ਰੋਬਲਮ ਦਿੰਦੀ ਹੈ 50, ਕਿਉਂਕਿ ਮੈਂ ਕਾਫੀ ਟਾਈਮ ਬਾਹਰ ਬੰਨੀ ਸੀ ਪਟਿਆਲਾ ਸ਼ਹੀ ਪੱਗ, ਤਾਂ ਮੈਂ 50 ਜਿਹੜੀ ਇਹ ਵਟਾਂ ਵਾਲੀ ਪੱਗ ਵਾਂਗ ਰੱਖ ਲਈ ਸੀਗੀ, ਅਤੇ ਮੈਨੂੰ ਸੀਗਾ ਕਿ ਇਹ ਸਹੀ ਰਹੂਗੀ, ਬਟ ਤੁਸੀਂ ਥੋੜ੍ਹੀ ਛੋਟੀ ਰੱਖਿਓ ਪਹਿਲਾਂ ਹੀ। ਅਤੇ ਪਹਿਲਾ ਲੜ ਆਪਣਾ ਲੱਗ ਚੁੱਕਿਆ ਬਿਲਕੁਲ ਸੌਖੇ ਤਰੀਕੇ ਨਾਲ, ਬਿਲਕੁਲ ਸਾਫ਼ ਕਰਕੇ ਲਗਾਇਆ। ਹੁਣ ਆਪਣਾ ਦੂਜਾ ਲੜ ਆ ਜੂਗਾ ਜੀ, ਜਿਹੜਾ ਰਾਈਟ ਸਾਈਡ ਤੋਂ ਆਪਾਂ ਨੇ ਮੋਟਾ ਪੱਲਾ ਉੱਪਰ ਵੱਲ ਨੂੰ ਕਰਕੇ ਪਤਲਾ ਪੱਲਾ ਥੱਲੇ ਵੱਲ ਨੂੰ ਕਰ ਲੈਣਾ। ਸੈਂਟਰ 'ਚ ਫੜਾਂਗੇ ਇਹਨੂੰ, ਸੈਂਟਰ 'ਚ ਫੜਨ ਤੋਂ ਬਾਅਦ ਆਪਾਂ ਪਿੰਚ ਕਰਾਂਗੇ, ਪਿੰਚ ਕਰਨ ਤੋਂ ਬਾਅਦ ਥੱਲੇ ਵੱਲ ਨੂੰ ਲੜ ਨੂੰ ਖਿੱਚਾਂਗੇ, ਖਿੱਚਣ ਤੋਂ ਬਾਅਦ ਆਪਾਂ ਫੇਰ ਦੁਬਾਰਾ ਪਿੰਚ ਕਰਾਂਗੇ, 2 ਵਾਰ ਪਿੰਚ ਕਰਨਾ ਆਪਾਂ ਨੇ ਜਿਹੜਾ ਲੜਾਂ ਨੂੰ। ਉਸ ਤੋਂ ਬਾਅਦ ਹਲਕਾ ਹਲਕਾ ਜਿਹੜਾ ਲੜ ਨੂੰ ਲਗਾ ਲਾਂਗੇ। ਥੋੜ੍ਹੀ ਵੀਡੀਓ ਫਾਸਟ ਕੀਤੀ ਕਿਉਂਕਿ ਵੀਡੀਓ ਬਹੁਤ ਲੈਂਥੀ ਹੋ ਜਾਂਦੀ, ਕਿਉਂਕਿ ਘੱਟੋ ਘੱਟ 28 ਮਿੰਟ ਦੀ ਵੀਡੀਓ ਬਣੀ ਸੀਗੀ। ਮੈਨੂੰ ਸੀਗਾ ਕਿ ਯਾਰ ਪੂਣੀ ਵੀ ਨਹੀਂ ਦਿਖਾਈ ਆਪਾਂ ਵੀਡੀਓ 'ਚ, ਇੰਨੀ ਵੱਡੀ ਵੀਡੀਓ ਯਾਰ ਘੱਟ ਵੀਰ ਦੇਖਦੇ ਨਹੀਂ ਹੈਗੇ, ਸਕਿੱਪ ਕਰ ਦਿੰਦੇ ਆ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਹਲਕੀ ਹਲਕੀ ਫਾਸਟ ਕਰਤੀ, ਜ਼ਿਆਦਾ ਨਹੀਂ ਕੀਤੀ। ਤੁਹਾਡੇ ਲਈ ਵੈਸੇ ਇੰਨੀ ਕੁ ਵੀ ਸਹੀ ਆ, ਬਿਲਕੁਲ ਸਮਝ ਲੱਗ ਰਿਹਾ ਇੰਨੀ ਕੁ 'ਚ ਵੀ। ਅਤੇ ਹੁਣ ਆਪਣੇ 2 ਲੜ ਲੱਗ ਚੁੱਕੇ ਨੇ, ਹੁਣ ਆਪਣਾ 3ਜਾ ਲੜ ਆ ਜਾਊਗਾ। ਜੇ ਤੁਸੀਂ ਚਾਹੋ ਤਾਂ 2 ਲੜ ਲਗਾਉਣ ਤੋਂ ਬਾਅਦ ਬਾਜ ਫੇਰ ਸਕਦੇ ਹੋ, ਬਟ ਮੈਂ 3 ਲੜ ਲਗਾਉਣ ਤੋਂ ਬਾਅਦ ਜਿਹੜਾ ਆਪਣਾ ਬਾਜ ਫੇਰੂੰਗਾ, ਇਹ ਜ਼ਿਆਦਾ ਸਹੀ ਰਹਿੰਦਾ ਹੁੰਦਾ ਪਟਿਆਲਾ ਸ਼ਹੀ ਪੱਗ 'ਚ। ਮੈਂ ਤਰੀਕਾ ਸ਼ੁਰੂ ਤੋਂ ਇਹੀ ਯੂਜ਼ ਕਰਦਾ ਆ ਰਿਹਾ, ਜੇ ਮੇਰੇ ਭਰਾ ਜਿਹੜੇ ਆਪਾਂ ਨੂੰ ਸ਼ੁਰੂ ਤੋਂ ਫੋਲੋ ਕਰਦੇ ਉਹਨਾਂ ਨੂੰ ਪਤਾ ਹੋਊਗਾ, ਜਿਹਨੇ ਆਪਣੇ ਪਹਿਲਾਂ ਦੀ ਵੀਡੀਓ ਦੇਖੀਆਂ ਨੇ। ਹੁਣ ਆਪਣਾ 3ਜਾ ਲੜ ਵੀ ਸੇਮ ਤਰੀਕਾ ਆਪਾਂ ਯੂਜ਼ ਕਰਨਾ, ਰਾਈਟ ਸਾਈਡ ਤੋਂ ਆਪਾਂ ਜਿਹੜਾ ਮੋਟਾ ਵੱਲ ਉੱਤੇ ਨੂੰ ਕਰਕੇ ਪਤਲਾ ਵੱਲ ਥੱਲੇ ਵੱਲ ਨੂੰ ਕਰ ਲੈਣਾ ਜੀ। ਇਹਨੂੰ ਵੀ ਆਪਾਂ ਸੈਂਟਰ 'ਚ ਫੜਾਂਗੇ, ਚੱਕਾਂਗੇ ਜਿਹੜੇ 4 ਉਂਗਲਾਂ ਦੀ ਮਦਦ ਨਾਲ ਲੜ ਨੂੰ, ਨਾਲ ਹੀ ਪਿੰਚ ਕਰਾਂਗੇ। ਪਿੰਚ ਕਰਨ ਤੋਂ ਬਾਅਦ ਜਿਹੜਾ ਪੱਲਾ ਉਹਨੂੰ ਪੂਰਾ ਥੱਲੇ ਵੱਲ ਨੂੰ ਖਿੱਚਣਾ, ਫਿਰ ਦੁਬਾਰਾ ਪਿੰਚ ਕਰਾਂਗੇ, 2-3 ਵਾਰ ਪਿੰਚ ਕਰਨਾ ਜਦ ਤੱਕ ਆਪਣਾ ਲੜ ਪ੍ਰੋਪਰਲੀ ਸੈੱਟ ਨਹੀਂ ਹੋ ਜਾਂਦਾ। ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ, ਜਦੋਂ ਤੁਹਾਨੂੰ ਫੀਲ ਹੋਣ ਲੱਗ ਜੂਗਾ ਕਿ ਹਾਂ ਮੇਰਾ ਲੜ ਹੁਣ ਸੈੱਟ ਹੈ, ਉਦੋਂ ਫਿਰ ਤੁਸੀਂ ਦੂਜਾ ਲੜ ਵੱਲ ਵਰ ਸਕਦੇ ਹੋ। ਉਦੋਂ ਤੱਕ ਤੁਸੀਂ ਪਿੰਚ ਕਰਦੇ ਰਹੋ ਜਦ ਤੱਕ ਤੁਹਾਡਾ ਲੜ ਪ੍ਰੋਪਰਲੀ ਸੈੱਟ ਨਹੀਂ ਹੁੰਦਾ। ਹੁਣ ਦੋਨੋਂ ਪਾਸੇ ਲੜ ਨੂੰ ਥੋੜ੍ਹਾ ਥੋੜ੍ਹਾ ਖੋਲ ਲਾਂਗੇ। ਇਹ ਮੈਂ ਨਾਲ ਨਾਲ ਕਰਕੇ ਲੜ ਨੂੰ ਇਸ ਲਈ ਲਗਾ ਰਿਹਾ, ਇਹਦਾ ਮੇਨ ਮੋਟਿਵ ਇਹ ਆ ਕਿ ਜਦੋਂ ਆਪਾਂ ਬਾਜ ਫੇਰਾਂਗੇ ਉਦੋਂ ਲੜ ਆਪਣੇ ਥੋੜ੍ਹੇ ਥੋੜ੍ਹੇ ਮੋਟੇ ਹੋ ਜਾਣਗੇ, ਤਾਂ ਕਰਕੇ ਮੈਂ ਜਿਹੜਾ ਲੜਾਂ ਨੂੰ ਨਾਲ ਨਾਲ ਕਰਕੇ ਲਗਾਉਂਦਾ ਹੁੰਦਾ, ਕਿਉਂਕਿ ਮੈਨੂੰ ਮੋਟੇ ਲੜਾਂ ਦੀ ਪੱਗ ਜ਼ਿਆਦਾ ਪਸੰਦ ਆ ਜਿਵੇਂ ਪਟਿਆਲਾ ਸ਼ਹੀ ਬੰਦਿਆਂ ਦਾ। ਅਤੇ ਹੁਣ ਆਪਾਂ ਜਿਹੜਾ ਲੜ 'ਚ ਬਾਜ ਫੇਰਾਂਗੇ ਇਹਨਾਂ ਨੂੰ ਮੋਟਾ ਕਰ ਲਾਂਗੇ, ਜਿਵੇਂ ਕਿ ਤੁਹਾਨੂੰ
ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਅਲੱਗ ਤੋਂ ਵੀਡੀਓ ਪਾ ਲਵਾਂਗਾ ਪੂਣੇ ਦੀ ਸਪੈਸ਼ਲੀ। ਤਾਂ ਜਿਹੜੇ ਭਰਾ ਆਪਣੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਤੁਹਾਨੂੰ ਪੂਣੇ ਦੀ ਵੀਡੀਓ ਵੀ ਦੇਖਣ ਨੂੰ ਮਿਲੂਗੀ ਜ਼ਰੂਰ ਅਤੇ ਹੋਰ ਵੀ ਬਹੁਤ ਵੀਡੀਓਸ ਆਉਂਦੀਆਂ ਰਹਿੰਦੀਆਂ ਨੇ। ਹੁਣ ਚੌਥਾ ਲੜਾ ਆਪਣਾ ਸਿਰ ਦੇ ਉੱਤੋਂ ਦੀ ਲੈ ਕੇ ਆਉਣਾ, ਮੋਟਾ ਵਾਲਾ ਉੱਤੇ ਵੱਲੋਂ ਕਰਕੇ ਪਤਲਾ ਥੱਲੇ ਵੱਲੋਂ ਕਰਕੇ ਸੇਮ ਆ ਪਿੰਚ ਕਰਾਂਗੇ। ਪਿੰਚ ਕਰਨ ਤੋਂ ਬਾਅਦ ਲੜ ਨੂੰ ਬਿਲਕੁਲ ਥੱਲੇ ਵੱਲੋਂ ਖਿੱਚ ਲੈਣਾ, ਪੂਰਾ ਖੋਲ੍ਹ ਲਾਂਗੇ। ਖੋਲ੍ਹਣ ਤੋਂ ਬਾਅਦ ਆਪਾਂ ਫਿਰ ਦੁਬਾਰਾ ਅੰਗੂਠੇ ਦੀ ਚਾਰ ਉਂਗਲਾਂ ਦੀ ਮਦਦ ਨਾਲ ਪਿੰਚ ਕਰਨਾ ਉੱਤੋਂ ਦੀ। ਨਾਲ ਦੇ ਨਾਲ ਆਪਣੀ ਜਿਹੜੀ ਪੱਗ ਦੀ ਡੱਬੀ ਆ ਉਹਨੂੰ ਬਣਾਉਣੀ ਆ, ਕਿਉਂਕਿ ਉਹ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਪਟਿਆਲਾ ਸ਼ੇ ਪੱਗ ਵਿੱਚ। ਹੁਣ ਚੌਥਾ ਲੜਾ ਲਗਾਉਣਾ ਆਪਾਂ ਨੇ, ਇਹਨੂੰ ਵੀ ਥੋੜ੍ਹਾ ਜਿਹਾ ਨਾਲ ਕਰਕੇ ਲਗਾਵਾਂਗੇ, ਇੱਕ ਉਂਗਲ ਦਾ ਗੈਪ ਦੇਣਾ। ਹੁਣ ਇਸ ਤੋਂ ਬਾਅਦ ਜਦੋਂ ਆਪਾਂ ਬਾਅਦ ਫੇਰਾਂਗੇ ਨਾ, ਉਦੋਂ ਆਪਣੇ ਲੜ ਬਿਲਕੁਲ ਸਾਫ਼ ਹੋ ਜਾਣਗੇ ਅਤੇ ਮੋਟੇ ਹੋ ਜਾਣਗੇ। ਜਿਹੜੀ ਪੱਗ ਹੈ ਥੋੜ੍ਹੀ ਮੋਰਨੀ ਟੱਚ 'ਚ ਹੋਊਗੀ, ਮਤਲਬ ਪ੍ਰੋਪਰ ਪਟਿਆਲਾ ਸ਼ੇ ਪੱਗ ਨਹੀਂ ਹੁੰਦੀ, ਜਿਹੜੀ ਪ੍ਰੋਪਰ ਪਟਿਆਲਾ ਸ਼ੇ ਪੱਗ ਹੁੰਦੀ ਉਸ 'ਚ ਡੱਬੀ ਡੁੱਬੀ ਬਣਾਉਣ ਦੀ ਲੋੜ ਨਹੀਂ ਪੈਂਦੀ। ਬਟ ਇਹ ਜਿਹੜੀ ਮੋਰਨੀ ਟੱਚ ਹੁੰਦੀ ਹੈ ਥੋੜ੍ਹੀ ਜੀ, ਅੰਮ੍ਰਿਤਸਰੀ ਟੱਚ ਕਹਿ ਸਕਦੇ ਹੋ, ਕੁਛ ਵੀ ਕਹਿ ਸਕਦੇ ਹੋ, ਇਹ ਥੋੜ੍ਹੀ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਆ। ਇਹ ਸ਼ੇਪ ਨਾਲੇ ਥੋੜ੍ਹੀ ਨਾ ਦੇਖਣ 'ਚ ਪ੍ਰਭਾਵ ਪੈਂਦਾ ਦੂਰੋਂ ਦੀ। ਅਤੇ ਹੁਣ ਆਪਣੇ ਜਿਹੜੇ ਚੌਥੇ ਚਾਰ ਲਾਈਨ ਲੱਗ ਚੁੱਕੇ ਨੇ, ਹੁਣ ਆਪਣਾ ਪੰਜਵਾਂ ਲੜਾ ਆਊਗਾ। ਪੰਜਵਾਂ ਲੜ ਵੀ ਸੇਮ ਆਪਾਂ ਤਰੀਕਾ ਯੂਜ਼ ਕਰਨਾ ਜਿਵੇਂ ਕਿ ਆਪਾਂ ਪੰਜਵੇਂ ਲੜ 'ਚ ਆਪਾਂ ਕਰਦੇ ਹੁੰਦੇ ਹਾਂ, ਮੋਟਾ ਵਾਲਾ ਉੱਤੇ ਵੱਲੋਂ ਕਰਕੇ ਪਤਲਾ ਵਾਲਾ ਥੱਲੇ ਵੱਲੋਂ ਕਰ ਲੈਣਾ। ਸੇਮ ਉਸ ਤਰੀਕੇ ਨਾਲ ਲੈ ਕੇ ਆਵਾਂਗੇ ਲੜ ਨੂੰ, ਲਿਆਉਣ ਤੋਂ ਬਾਅਦ ਇਹਨੂੰ ਸਾਫ਼ ਕਰ ਲਾਂਗੇ ਪ੍ਰੋਪਰਲੀ। ਤੁਸੀਂ ਦੇਖ ਸਕਦੇ ਹੋ ਐਡਜਸਟ ਕਰਕੇ ਲੜ ਨੂੰ ਕਿ ਹੱਥਾਂ ਦੀ ਪੋਜੀਸ਼ਨ ਨੂੰ ਕਿ ਕਿੱਦਾਂ ਆਪਣਾ ਲੜ ਕਿੰਨਾ ਸੋਹਣਾ ਬਣਦਾ ਪਿਆ ਆ। ਇਹ ਲੜ ਤੁਹਾਡਾ ਵੀ ਇੱਦਾਂ ਹੀ ਬਣੂਗਾ ਅਤੇ ਅਗਰ ਤੁਸੀਂ ਸਾਡੇ ਤਰੀਕੇ ਨਾਲ ਪੂਣੀ ਕਰਦੇ ਹੋ। ਤਾਂ ਹੁਣ ਆਪਾਂ ਪੰਜਵੇਂ ਲੜ ਵੀ ਪਿੰਚ ਕਰਾਂਗੇ। ਪਿੰਚ ਕਰਨ ਤੋਂ ਬਾਅਦ ਪੰਜਵੇਂ ਲੜ 'ਚ ਇਹ ਗੱਲ ਦਾ ਧਿਆਨ ਰੱਖਣਾ, ਇਹਨੂੰ ਪੂਰਾ ਥੱਲੇ ਵੱਲੋਂ ਖਿੱਚਣਾ, ਕਿਉਂਕਿ ਜੇ ਥੱਲੇ ਵੱਲੋਂ ਖਿੱਚਾਂਗੇ ਤਾਂ ਹੀ ਇਹ ਲੜ ਜਿਹੜਾ ਪ੍ਰੋਪਰਲੀ ਸੈੱਟ ਹੋ ਪਾਊਗਾ, ਅਤੇ ਜਿਹੜੇ ਵੱਟ ਨਿਕਲਣਗੇ ਤਾਂ ਹੀ ਇਹ ਲੜ ਮੋਟਾ ਵੀ ਹੋਊਗਾ ਥੋੜ੍ਹਾ ਜਿਹਾ। ਥੱਲੇ ਵੱਲੋਂ ਖਿੱਚਣ ਤੋਂ ਬਾਅਦ ਪਿੰਚ ਕਰਿਆ, ਪਿੰਚ ਕਰਨ ਤੋਂ ਬਾਅਦ ਫਿਰ ਦੁਬਾਰਾ ਥੱਲੇ ਵੱਲੋਂ ਖਿੱਚਿਆ, ਫਿਰ ਉੱਤੋਂ ਦੀ ਫੋਲਡ ਕਰ ਲਾਂਗੇ ਤਾਂ ਜੋ ਉੱਤਲੇ ਜਿਹੜੇ ਲੜ ਨੇ ਆਪਣੇ ਪ੍ਰੋਪਰਲੀ ਬਣ ਸਕਣ। ਹੁਣ ਆਪਾਂ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਲਾਂਗੇ, ਜਮ੍ਹਾਂ ਨਾਲ ਕਰਕੇ ਲਗਾਉਣਾ ਲੜ ਨੂੰ। ਇਹ ਨਾਲ ਕਰਕੇ ਲੜ ਨੂੰ ਜਿਹੜਾ ਆਪਾਂ ਲੜ ਲਗਾਉਂਦੇ ਹਾਂ ਨਾ, ਇਹਦੇ ਨਾਲ ਇਹੀ ਹੁੰਦਾ ਕਿ ਜਦੋਂ ਆਪਾਂ ਬਾਜ ਫੇਰਦੇ ਹੁੰਦੇ ਹਾਂ ਨਾ, ਉਹ ਜ਼ਿਆਦਾ ਉੱਤੇ ਨਹੀਂ ਜਾਂਦਾ, ਆਪਣੀ ਪਰਫੈਕਟ ਪੋਜੀਸ਼ਨ 'ਚ ਆ ਜਾਂਦਾ ਹੁੰਦਾ, ਅਤੇ ਲੜ ਮੋਟਾ ਵੀ ਹੋ ਜਾਂਦਾ। ਅਗਰ ਤੁਸੀਂ ਪਤਲੇ ਲੜ ਲਗਾਉਣਾ ਚਾਹੁੰਦੇ ਹੋ ਤਾਂ ਬਾਜ ਨਾ ਵੀ ਫੇਰੋ, ਕੋਈ ਚੱਕਰ ਨਹੀਂ ਹੁੰਦਾ। ਹੁਣ ਥੋੜ੍ਹਾ ਥੋੜ੍ਹਾ ਪੱਗ ਨੂੰ ਦਬਾ ਲਾਂਗੇ ਸਾਹਮਣੇ ਉਹਦੀ, ਤਾਂ ਜੋ ਪੱਗ ਦੀ ਸ਼ੇਪ ਪ੍ਰੋਪਰ ਬਣ ਸਕੇ। ਹੁਣ ਫਿਰ ਆਪਾਂ ਬਾਜ ਫੇਰਾਂਗੇ। ਬਾਕੀ ਸ਼ੇਪ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਈ ਹੈ, ਮੈਨੂੰ ਤਾਂ ਆਹੀ ਸ਼ੇਪ ਪਸੰਦ ਆ। ਬਾਕੀ ਤੁਹਾਨੂੰ ਜੇ ਅਗਰ ਪਿਓਰ ਪਟਿਆਲਾ ਸ਼ੇਪ ਪੱਗ ਬੰਨਣੀ ਹੈ ਤਾਂ ਫਿਰ ਤੁਹਾਨੂੰ ਡੱਬੀ ਬਣਾਉਣ ਦੀ ਲੋੜ ਨਹੀਂ ਹੈਗੀ। ਉਹ ਵੀਡੀਓ ਸਭ ਪਹਿਲਾਂ ਹੀ ਅਪਲੋਡ ਕੀਤੀਆਂ ਹੋਈਆਂ ਚੈਨਲ 'ਤੇ, ਇਹ ਕਾਫੀ ਟਾਈਮ ਪਰ ਵੀਡੀਓ ਪਾਈ ਆਪਾਂ ਨੇ ਇੱਦਾਂ ਦੀ। ਸੋ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਅਗਰ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ, ਬੇਸ਼ੱਕ ਇਹਨਾਂ ਨੇ ਲਾਈਕ ਕਰੋ ਜਾਂ ਨਾ ਕਰੋ, ਪਰ ਸ਼ੇਅਰ ਜ਼ਰੂਰ ਕਰਦਾ ਕਰੋ ਯਾਰ। ਸ਼ੇਅਰ ਕਰਨ ਨਾਲ ਐਂ ਹੁੰਦਾ ਕਿ ਜੇ ਤੁਸੀਂ 100 ਬੰਦਿਆਂ ਨੂੰ ਵੀ ਸ਼ੇਅਰ ਕੀਤੀ ਆ ਤਾਂ ਉਹਨਾਂ 'ਚ ਦੋ ਤਾਂ ਦੇਖਣਗੇ, ਐਟਲੀਸਟ ਉਹਨਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਹੁੰਦਾ। ਐਂ ਕਰ ਕਰਕੇ ਮੈਂ ਵੀ ਬਹੁਤ ਐਪਰੀਸ਼ੀਏਟ ਹੁੰਦਾ ਯਾਰ ਜਦੋਂ ਤੁਹਾਡੇ ਕਮੈਂਟਸ ਆਉਂਦੇ ਨੇ ਕਿ ਹਾਂ ਯਾਰ ਕੰਮ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ, ਤਾਂ ਮੈਂ ਉਸ ਚੀਜ਼ ਨੂੰ ਲੈ ਕੇ ਮੇਰਾ ਹੋਰ ਮਨ ਕਰਦਾ ਹੁੰਦਾ ਕਿ ਮੈਂ ਯਾਰ ਵੀਡੀਓਸ ਅਪਲੋਡ ਕਰਾਂ, ਡੇਲੀ ਕਰਾਂ। ਅਤੇ ਹੁਣ ਮੈਂ ਕਾਫੀ ਟਾਈਮ ਤੋਂ ਪੱਗਾਂ ਵੀ ਪਰਚੇਸ ਨਹੀਂ ਕੀਤੀਆਂ, ਉਹ ਵੀ ਪਰਚੇਸ ਕਰਨੀਆਂ। 10-12 ਪੱਗਾਂ ਇਕੱਠੀਆਂ ਲੈ ਕੇ ਆਊਂਗਾ ਅਤੇ ਡੇਲੀ ਵੀਡੀਓਸ ਦੀ ਨਹਿਰੀ ਲਿਆ ਦਾਂਗੇ, ਟੈਨਸ਼ਨ ਲਓ। ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਹੁਣ 6ਵਾਂ ਲੜ ਆਜੂਗਾ ਆਪਣਾ। ਇਹ 6ਵੇਂ ਲੜ 'ਚ ਆਪਣਾ ਥੋੜ੍ਹਾ ਜਿਹਾ ਨਾ ਜੀ ਆਪਣਾ ਜਿਹੜਾ ਮਤਲਬ ਕਹਿ ਰਹੇ ਨਾ ਡੈਂਟ ਪੈ ਜਾਂਦਾ ਹੁੰਦਾ, ਟੋਆ ਪੈ ਜਾਂਦਾ ਹੁੰਦਾ, ਉਹ ਪੈ ਰਿਹਾ ਸੀਗਾ ਅਤੇ ਉਹਨੂੰ ਮੈਂ ਕਿਵੇਂ ਸਾਫ਼ ਕੀਤਾ ਤੁਸੀਂ ਦੇਖ ਸਕਦੇ ਹੋ। ਲੜ ਨੂੰ ਖੋਲ੍ਹਿਆ, ਖੋਲ੍ਹਣ ਤੋਂ ਬਾਅਦ ਜਿਹੜਾ ਅੰਦਰ ਵੱਲੋਂ ਅੰਗੂਠੇ ਦੀ ਮਤਲਬ ਚੱਕਦਾ ਉੱਪਰ ਨੂੰ ਪੂਰਾ ਬੇਸ ਬਣਾਤਾ ਇਹਦਾ। ਹੁਣ ਦੇਖ ਸਕਦੇ ਹੋ ਜਿਹੜਾ ਟੋਆ ਜਿਹਾ ਨਿਕਲ ਚੁੱਕਿਆ ਆਪਣਾ, ਕਾਫੀ ਵੀਰਾਂ ਨੂੰ ਇਹ ਵੀ ਪ੍ਰੋਬਲਮ ਆਉਂਦੀ ਹੁੰਦੀ ਡੈਂਟ ਦੀ, ਤਾਂ ਇਹ ਤੁਸੀਂ ਸੈੱਟ ਕਰ ਸਕਦੇ ਹੋ। ਪ੍ਰੋਬਲਮ ਬਹੁਤ ਆਉਂਦੀ ਨੇ ਪੱਗ ਵਿੱਚ, ਬਟ ਐਂ ਹੁੰਦਾ ਕਿ ਹੁਣ ਹਰ ਇੱਕ ਵੀਡੀਓ 'ਚ ਆਪਾਂ ਸਾਰਾ ਕੁਝ ਨਹੀਂ ਕਵਰ ਕਰ ਸਕਦੇ, ਹੁਣ ਪੱਗ ਬੰਨ ਕੇ ਦਿਖਾ ਸਕਦੇ ਹਾਂ। ਇਹਦੇ 'ਤੇ ਸਪੈਸ਼ਲੀ ਵੀਡੀਓਸ ਆ ਜਾਣਗੀਆਂ, ਕੋਈ ਟੈਨਸ਼ਨ ਨਾ ਲਓ ਤੁਸੀਂ। ਅਤੇ ਹੁਣ ਆਪਾਂ 6ਵਾਂ ਲੜ ਕਿੱਦਾਂ ਲਗਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੇ ਤਰੀਕੇ ਨਾਲ ਪੱਗ ਜਿਹੜੀ ਤਿਆਰ ਹੋ ਰਹੀ ਹੈ, ਬਿਲਕੁਲ ਸਫਾਈ ਹੈ ਪੱਗ ਵਿੱਚ। ਫੁੱਲ ਵਾਲ ਕੱਪੜੇ ਦੀ ਇਹੀ ਖਾਸੀਅਤ ਹੈ, ਜੇ ਇੱਕ ਵਾਰ ਸਾਫ਼ ਆਇਆ ਤਾਂ ਸਾਫ਼ ਹੀ ਰਹਿੰਦਾ। ਰੂਬੀਆ ਕੱਪੜਾ ਵੀ ਸਾਫ਼ ਆਉਂਦਾ, ਬਟ ਰੂਬੀਆ ਦੀ ਸ਼ੇਪ ਥੋੜ੍ਹੀ ਜ਼ਿਆਦਾ ਭਾਰੀ ਹੋ ਜਾਂਦੀ ਆ ਅਤੇ ਉਹ ਥੋੜ੍ਹੀ ਜ਼ਿਆਦਾ ਹੈਵੀ ਹੋ ਜਾਂਦੀ ਹੈ, ਵੀਰਾਂ ਤੋਂ ਨਹੀਂ ਕੰਫਰਟੇਬਲ ਲੱਗਦੀ। ਕਾਫੀ ਵੀਰ ਜਿਹੜੇ ਆਪਣੇ ਬਿਗਨਰ ਨੇ ਉਹਨਾਂ ਨੂੰ ਮੈਂ ਇਹੀ ਸਲਾਹ ਦਊਂਗਾ, ਫੁੱਲ ਵਾਲ ਹੀ ਯੂਜ਼ ਕਰੋ ਤੁਸੀਂ ਸਟਾਰਟਿੰਗ 'ਚ, ਤੁਹਾਨੂੰ ਪਤਲਾ ਕੱਪੜਾ ਸਹੀ ਰਹੂਗਾ। 6 ਲੜ ਆਪਣੇ ਲੱਗ ਚੁੱਕੇ ਆ, ਥੋੜ੍ਹਾ ਲੜ ਨੂੰ ਖਿੱਚ ਲਾਂਗੇ, ਉਸ ਤੋਂ ਬਾਅਦ ਬਾਜ਼ ਦੀ ਮਰਨ ਨਾਲ ਅਤੇ ਹੱਥਾਂ ਦੀ ਮਰਨ ਨਾਲ ਜਿਹੜਾ ਲੜ ਨੂੰ ਸੈੱਟ ਕਰਾਂਗੇ। ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਸ਼ੇਪ ਅਤੇ ਪੱਗ ਦੀ ਵੀਡੀਓ, ਕਿੱਦਾਂ ਦੀ ਲੱਗਦੀਆਂ ਨੇ ਆਪਣੀਆਂ ਯਾਰ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਹੁਤ ਐਪਰੀਸ਼ੀਏਟ ਹੁੰਦਾ ਯਾਰ ਤੁਹਾਡੇ ਕਮੈਂਟਸ ਨਾਲ, ਤੁਹਾਨੂੰ ਲੱਗਦਾ ਹੋਊਗਾ ਕਮੈਂਟ 'ਤੇ ਰਿਪਲਾਈ ਨਹੀਂ ਕਰਦੇ ਤਾਂ ਅਸੀਂ ਰੀਡ ਵੀ ਨਹੀਂ ਕਰਦੇ ਹੋਵਾਂਗੇ। ਕਈ ਵਾਰ ਐਵੇਂ ਹੁੰਦਾ ਮੈਂ ਰਿਪਲਾਈ ਨਹੀਂ ਕਰ ਪਾਉਂਦਾ, ਬਟ ਮੈਂ ਰੀਡ ਜ਼ਰੂਰ ਕਰਦਾ ਹੁੰਦਾ ਅਤੇ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੁੰਦੀ ਤੁਹਾਡੇ ਕਮੈਂਟਸ ਦੇ ਨਾਲ ਕਿ ਹਾਂ ਯਾਰ ਮਤਲਬ ਲੋਕ ਸਪੋਰਟ ਕਰ ਰਹੇ ਨੇ, ਅਤੇ ਆਪਾਂ ਨੂੰ ਹੋਰ ਹੁੰਦਾ ਕਿ ਯਾਰ
ਸੋ ਮੈਂ ਸੋਚਿਆ ਸੀਗਾ ਕਿ ਉੱਦਾਂ ਦੀ ਵੀਡੀਓ ਅੱਜ ਪਾਊਂਗਾ, ਬਟ ਉਹ ਚੀਜ਼ ਨਹੀਂ ਹੋ ਪਾਈ। ਤਾਂ ਜੇ ਤੁਸੀਂ ਚਾਹੁੰਦੇ ਹੋ ਪੌਣੀ ਦੀ ਵੀਡੀਓ ਦੇਖਣਾ ਇਹ ਪੱਗ ਦੀ, ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਕਿਉਂਕਿ ਇਹ ਪੱਗ ਦੀ ਪੌਣੀ ਵੀ ਬਹੁਤ ਮੈਟਰ ਕਰਦੀ ਹੁੰਦੀ ਆ ਪਟਿਆਲੇ 'ਚ ਪੱਗ ਦੀ। ਵਟਾਣੀ ਪੱਗ 'ਚ ਪੌਣੀ ਫਿਰ ਵੀ ਚੱਲ ਜਾਂਦੀ, ਜਿਵੇਂ ਦੀ ਮਰਜ਼ੀ ਕਰ ਲਓ, ਬਟ ਪਟਿਆਲੇ 'ਚ ਪੱਗ 'ਚ ਬਹੁਤ ਜ਼ਿਆਦਾ ਮੈਟਰ ਕਰਦੀ ਪੌਣੀ। ਸੋ ਹੁਣ ਆਪਣਾ ਜਿਹੜਾ ਲਾਸਟ ਵਾਲਾ ਲੜਾ ਜਿਹੜਾ ਬਣਾਊਗਾ, ਜਿਹਨੂੰ ਕਿ ਆਪਾਂ ਕਹਿ ਰਹੇ ਕਲਗੀ, ਮੋੜ ਕੇ ਲਗਾਵਾਂਗੇ ਆਪਾਂ। ਬਾਕੀ ਦੇਖ ਸਕਦੇ ਹੋ ਪੱਗ ਦੀ ਸ਼ੇਪ ਬਹੁਤ ਸੋਹਣੀ ਹੋ ਰਹੀ ਹੈ ਤਿਆਰ, ਕਾਫੀ ਟਾਈਮ ਬਾਅਦ ਪੱਗ ਬਣ ਰਿਹਾ, ਮੈਨੂੰ ਉਮੀਦ ਨਹੀਂ ਸੀਗੀ ਕਿ ਇੰਨੀ ਸੋਹਣੀ ਬਣ ਲਾਂਗਾ, ਬਟ ਫਿਰ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਵਧੀਆ ਪੱਗ ਆ ਗਈ। ਲੜਨ ਨੂੰ ਪ੍ਰੋਪਰ ਨਹੀਂ ਖੋਲ ਲਾਂਗੇ ਦੋਨੋਂ ਪਾਸੇ ਫੋਲਡ ਕਰਕੇ, ਜਿਹੜਾ ਆਪਣਾ ਲਾ ਆਖਰੀ ਪੱਲਾ ਹੁੰਦਾ, ਜਿਹੜੇ ਆਪਣੇ ਹਲਕੇ ਹਲਕੇ ਵੱਟ ਪੈਂਦੇ ਨੇ ਉਹਨਾਂ ਨੂੰ ਸਾਫ਼ ਕਰ ਲਾਂਗੇ। ਜੇ ਤੁਸੀਂ ਚਾਹੋ ਤਾਂ ਇੱਥੇ ਵੱਟ ਬਣਾ ਸਕਦੇ ਹੋ, ਬਟ ਥੋੜ੍ਹਾ ਮੈਂ ਸਾਫ਼ ਹੀ ਲਗਾ ਰਿਹਾ, ਆਪਾਂ ਜਿੱਥੇ ਮਰੋੜਨਾ ਹੁੰਦਾ ਨਾ ਲੜਨ ਨੂੰ ਉੱਥੇ ਮੈਂ ਵੱਟ ਬਣਾਉਂਦਾ ਹੁੰਦਾ, ਬਟ ਮੈਂ ਸਟਾਰਟਿੰਗ 'ਚ ਨਹੀਂ ਵੱਟ ਪਾਉਂਦਾ ਹੁੰਦਾ। ਅਤੇ ਹੁਣ ਇੱਥੇ ਆਪਾਂ ਮਰੋੜ ਹੀ ਦੇਣੀ ਹੈ, ਮੋੜਨ ਤੋਂ ਬਾਅਦ ਪੱਗ ਪਿੰਨ ਲਗਾਵਾਂਗੇ। ਤੁਸੀਂ ਚਾਹੋ ਤਾਂ ਪਹਿਲਾਂ ਵੀ ਪੱਗ ਪਿੰਨ ਲਗਾ ਕੇ ਮੋੜ ਸਕਦੇ ਹੋ, ਉਹ ਵੀ ਤਰੀਕਾ ਸਹੀ ਹੈ, ਬਟ ਆਪਾਂ ਥੋੜ੍ਹਾ ਜਿਹਾ ਮੋੜ ਕੇ ਲੜਨ ਨੂੰ ਫਿਰ ਪੱਗ ਪਿੰਨ ਲਗਾਵਾਂਗੇ। ਮੋੜਿਆ ਲੜਨ ਨੂੰ ਮਰੋੜੀ ਦਿੱਤੀ ਅੰਗੂਠੇ ਦੀ ਉਮਰ ਨਾਲ, ਚਾਰ ਉਂਗਲਾਂ ਦੀ ਉਮਰ ਨਾਲ ਇੱਥੇ ਆਪਾਂ ਲਗਾ ਲਾਂਗੇ ਸੈਂਟਰ 'ਚ ਪੱਗ ਪਿੰਨ। ਪੱਗ ਪਿੰਨ ਲਗਾਉਣ ਨਾਲ ਆਪਣਾ ਜਿਹੜਾ ਲੜ ਪ੍ਰੋਪਰ ਟਿਕ ਜੂਗਾ। ਬਾਕੀ ਤੁਸੀਂ ਦੇਖ ਸਕਦੇ ਹੋ ਆਪਾਂ ਸੈਂਟਰ 'ਚ ਜਿਹੜੀ ਪੱਗ ਪਿੰਨ ਲਗਾ ਲਈ ਆ, ਅਤੇ ਲੜ ਵੀ ਆਪਣਾ ਪ੍ਰੋਪਰਲੀ ਜਿਹੜਾ ਟਵਿਸਟ ਹੋ ਚੁੱਕਿਆ, ਉੱਪਰੋਂ ਦੀ ਆਪਾਂ ਜਿਹੜੀ ਪੱਗ ਪਿੰਨ ਹੋਰ ਲਗਾ ਲਾਂਗੇ, ਦੋ ਤਿੰਨ ਚਾਰ ਜਿੰਨੇ ਤੁਸੀਂ ਲੈਣੇ ਚਾਹੁੰਦੇ ਹੋ। ਬਾਕੀ ਕਮੈਂਟ ਜ਼ਰੂਰ ਕਰ ਦੇਣਾ ਯਾਰ, ਵਾਰ ਵਾਰ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਬਹੁਤ ਐਪਰੀਸ਼ੀਏਟ ਹੁੰਦਾ ਸੀਰੀਅਸਲੀ, ਜਿਹੜੀ ਮੈਂ ਥੋੜ੍ਹੀ ਮੋਟੀਵੇਸ਼ਨ ਚਾਹੀਦੀ ਹੈ ਮੈਨੂੰ ਦੁਬਾਰਾ ਤੋਂ, ਮੈਂ ਕੰਮ ਖਿੱਚੂੰਗਾ ਪੂਰਾ, ਕੋਈ ਇਸ਼ੂ ਨਹੀਂ ਆ। ਬਾਕੀ ਤੁਹਾਡੀ ਸਪੋਰਟ ਚਾਹੀਦੀ ਹੈ ਸਾਰੇ ਭਰਾਵਾਂ ਦੀ। ਬਾਕੀ ਪੱਗ ਦੀ ਸ਼ੇਪ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਈ ਆ। ਜਿਹੜੇ ਭਰਾ ਆਪਣੇ ਪਟਿਆਲੇ 'ਚ ਪੱਗ ਸਿੱਖਣਾ ਚਾਹੁੰਦੇ ਨੇ, ਉਹ ਇਹ ਵੀਡੀਓ ਦੇਖ ਕੇ ਉਮੀਦ ਕਰਦਾ ਕੁਛ ਨਾ ਕੁਛ ਉਹਨਾਂ ਨੂੰ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ। ਮੈਂ ਇਹ ਨਹੀਂ ਕਹਿੰਦਾ ਇੱਕ ਵੀਡੀਓ ਦੇਖਣ ਨਾਲ ਤੁਹਾਨੂੰ ਪੱਗ ਬੰਨਣੀ ਆਜੂਗੀ ਯਾਰ, ਉਹ ਤਾਂ ਪ੍ਰੈਕਟਿਸ 'ਤੇ ਹੀ ਹੁੰਦਾ, ਬਟ ਐਂ ਕਿ ਤਰੀਕਾ ਜਿਹਾ ਹੋ ਜਾਂਦਾ, ਥੋੜ੍ਹੀ ਜਾਂਚ ਆ ਜਾਂਦੀ ਐਂ ਹੁੰਦਾ ਕਿ ਕਈ ਵਾਰੀ ਆਪਾਂ ਜਿਹੜੀ ਗਲਤੀਆਂ ਕਰਦੇ ਹੁੰਦੇ ਹਾਂ, ਕੋਈ ਸਟੈਪ ਇੱਦਾਂ ਦਾ ਹੁੰਦਾ ਜਿਹੜਾ ਆਪਾਂ ਨਹੀਂ ਸਹੀ ਕਰ ਰਹੇ ਹੁੰਦੇ, ਉਹ ਵੀਡੀਓ ਦੇਖਣ ਤੋਂ ਬਾਅਦ ਸਹੀ ਹੋ ਜਾਂਦਾ। ਅਤੇ ਵੀਡੀਓ ਦੇਖਣ ਤੋਂ ਬਾਅਦ ਜੇ ਪ੍ਰੈਕਟਿਸ ਕਰੋਗੇ ਤਾਂ ਡੈਫੀਨੇਟਲੀ ਕਹਿ ਸਕਦਾ ਤੁਹਾਡੀ ਪੱਗ ਵਿੱਚ ਸੁਧਾਰ ਆਊਗਾ, ਕਿਉਂਕਿ ਕਾਫੀ ਵੀਰਾਂ ਨੂੰ ਆਇਆ ਆਲਰੇਡੀ, ਜਿਹੜੇ ਕਮੈਂਟਸ ਕਰਦੇ ਨੇ ਮੈਂ ਉਹਨਾਂ ਦੇ ਕਮੈਂਟ ਪੜ੍ਹਦਾ ਹੁੰਦਾ ਯਾਰ। ਅਤੇ ਹੁਣ ਆਪਾਂ ਜਿਹੜੇ ਉੱਤੋਂ ਫਰਲਾ ਨਿਕਲ ਰਿਹਾ ਸੀਗਾ ਉਹਨੂੰ ਸੈੱਟ ਕਰ ਲਾਂਗੇ, ਉੱਥੇ ਪੱਗ ਪਿੰਨ ਲਗਾ ਲਾਂਗੇ, ਤਾਂ ਜਿਹੜੇ ਆਪਣੇ ਲੜ ਵਾਪਸ ਖਰਾਬ ਨਾ ਹੋਵੇ, ਟਿਕਿਆ ਰਹੇ ਸਾਰਾ ਦਿਨ। ਕਾਫੀ ਟਾਈਮ ਬਾਅਦ ਮੈਂ ਪਟਿਆਲੇ 'ਚ ਪੱਗ ਬੰਨੀ ਆ, ਬੰਨਣ ਦੇ ਨਾਲ ਨਾਲ ਮੈਂ ਅੱਜ ਬੰਨ ਕੇ ਬਾਹਰ ਵੀ ਜਾਊਂਗਾ। ਮੈਨੂੰ ਘੱਟੋ ਘੱਟ ਸਾਲ 2 ਸਾਲ ਹੋ ਗਏ ਜੋ ਹੋ ਗਏ ਹੋਣੇ ਮੈਂ ਬੰਨ ਕੇ ਬਾਹਰ ਨਹੀਂ ਗਿਆ ਪੱਗ ਵਾਲੀ, ਪਟਿਆਲੇ 'ਚ ਹੀ ਮੈਂ ਵਟਾਣੀ ਪੱਗ ਜਦੋਂ ਦੀ ਬੰਨੀ ਸਟਾਰਟ ਕੀਤੀ ਸੀਗੀ, ਅਤੇ ਅੱਜ ਬੰਨ ਕੇ ਜਾਵਾਂਗੇ, ਦੇਖਦੇ ਹਾਂ ਕੀ ਰਿਐਕਸ਼ਨ ਹੁੰਦਾ ਸਾਰਿਆਂ ਦਾ। ਬਾਕੀ ਹਲਕਾ ਹਲਕਾ ਬਾਅਦ ਫੇਰ ਲਾਂਗੇ, 6ਵੇਂ ਲੜ ਵਿੱਚ ਜਾਂ ਸਾਰੇ ਲੜਾਂ 'ਚ ਫੇਰ ਸਕਦੇ ਹੋ, ਉੱਪਰੋਂ ਸੈੱਟ ਕਰ ਲੈਣ ਹਲਕਾ ਹਲਕਾ ਲੜ ਨੂੰ। ਬਾਕੀ ਜੇ ਤੁਸੀਂ ਚਾਹੋ ਤਾਂ ਜੇ ਲੜ ਨੂੰ ਥੋੜ੍ਹਾ ਪਤਲਾ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ। ਮੈਂ ਮੋਟੇ ਮੋਟੇ ਲੜ ਤਾਂ ਰੱਖੇ ਨੇ, ਥੋੜ੍ਹੇ ਦੂਰੋਂ ਦੀ ਨਾ ਚਮਕਦੇ ਹੁੰਦੇ ਨੇ, 3D ਨਹੀਂ ਕੀਤੇ ਹੈਗੇ, ਨੋਰਮਲ ਹੀ ਆ, 3D ਸੋਹਣੇ ਨਹੀਂ ਲੱਗਣੇ ਯਾਰ, ਕਿਉਂਕਿ ਜੇ 3D ਕਰਨੇ ਆ ਨਾ ਫਿਰ ਲੜਾਂ ਨੂੰ ਪ੍ਰੋਪਰਲੀ ਉਸ ਹਿਸਾਬ ਨਾਲ ਸੈੱਟ ਕਰਨਾ ਪੈਂਦਾ। ਪਿੱਛੋਂ ਵੀ ਤੁਸੀਂ ਦੇਖ ਸਕਦੇ ਹੋ ਸ਼ੇਪ ਆਪਣੀ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਈ ਆ, ਪਿੱਛੋਂ ਦੀ ਵੀ ਦੇਖ ਸਕਦੇ ਤੁਸੀਂ। ਹੁਣ ਆਪਾਂ 50 ਨੂੰ ਥੋੜ੍ਹਾ ਥੋੜ੍ਹਾ ਉੱਪਰ ਮੁੱਲ ਚੱਕ ਲਾਂਗੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਵੀਡੀਓ ਦੇ ਸਟਾਰਟਿੰਗ 'ਚ ਕਿ ਤੁਸੀਂ 50 ਘੱਟ ਰੱਖਿਓ, ਕਿਉਂਕਿ ਕਈ ਵੀਰਾਂ ਨੂੰ ਬਾਅਦ 'ਚ ਪ੍ਰੋਬਲਮ ਆਉਂਦੀ, 50 ਬਹੁਤ ਔਖੀ ਹੁੰਦੀ ਉੱਪਰ। ਮੈਨੂੰ ਵੀ ਅੱਜ ਬਹੁਤ ਪ੍ਰੋਬਲਮ ਆਈ ਸੀ ਇਸ ਚੀਜ਼ ਦੀ, ਕਿਉਂਕਿ ਮੈਨੂੰ ਵਟਾਂ ਵਾਲੀ ਪੱਗ ਦਾ ਹਿਸਾਬ ਹੈ, ਉਸ 'ਚ ਅਗਰ ਵੱਟੀ ਵਿਫਟੀ ਵੀ ਰੱਖ ਦਿੰਦਾ ਉਹ ਬਾਅਦ 'ਚ ਸੈੱਟ ਹੋ ਜਾਂਦੀ ਹੈ, ਬਟ ਪਟਿਆਲੇ 'ਚ ਪੱਗ 'ਚ ਕਈ ਵਾਰੀ ਐਂ ਹੁੰਦਾ ਜਦੋਂ ਆਪਾਂ ਮਤਲਬ 50 ਚੱਕਦੇ ਹਾਂ ਤਾਂ ਆਪਣੇ ਵੱਟ ਵੁੱਟ ਪੈ ਜਾਂਦੇ ਮਾੜੇ ਮੋਟੇ ਲੜਾਂ 'ਚ, ਤਾਂ ਫਿਰ ਉਹ ਮਤਲਬ ਹੁੰਦਾ ਨਾ ਕਿ ਥੋੜ੍ਹੀ ਫਿਨਿਸ਼ ਨਹੀਂ, ਫਿਨਿਸ਼ਿੰਗ ਅੱਛੀ ਨਹੀਂ ਆਉਂਦੀ, ਤਾਂ ਕਰਕੇ ਤੁਸੀਂ ਪਹਿਲਾਂ ਹੀ ਛੋਟੀ ਰੱਖੋ, ਮਤਲਬ ਮੀਡੀਅਮ 'ਚ ਰੱਖੋ, ਹਲਕੀ ਹਲਕੀ ਚੱਕੀ ਵੀ ਜਾਂਦੀ ਹੈ, ਬਟ ਜ਼ਿਆਦਾ ਵੱਡੀ ਵੀ ਨਹੀਂ ਸਹੀ ਰਹਿੰਦੀ। 50 ਆਪਾਂ ਸੈੱਟ ਕਰ ਲੈਣੀ ਆ, ਉਸ ਤੋਂ ਬਾਅਦ ਹੁਣ ਆਪਾਂ ਸੀਟ ਢੱਕ ਲੈਣਾ। ਬਾਕੀ ਪੱਗ ਆਪਣੀ ਤਕਰੀਬਨ ਕੰਪਲੀਟ ਹੋ ਚੁੱਕੀ ਆ, ਦੇਖ ਸਕਦੇ ਮੈਨੂੰ ਕਿੰਨੀ ਪ੍ਰੋਬਲਮ ਆ ਰਹੀ ਹੈ ਜਿਹੜੀ ਲੜਾਂ ਵਿੱਚ ਮੈਨੂੰ ਜਿਹੜਾ ਸੈੱਟ ਕਰਨੀ ਪੈ ਰਹੀ 50, ਬਟ ਫਿਰ ਵੀ ਆਪਾਂ ਫਾਈਨਲੀ ਸੈੱਟ ਕਰ ਲਾਂਗੇ ਇਹਨੂੰ। ਕੀ ਯਾਰ ਮੇਰੇ ਹੋਰ ਦੋ ਗੇਮਿੰਗ, ਇੱਕ ਗੇਮਿੰਗ ਚੈਨਲ ਹੈ ਅਤੇ ਇੱਕ ਕੁਕਿੰਗ ਚੈਨਲ ਵੀ ਹੈਗਾ, ਉਹ ਵੀ ਚੈੱਕਆਊਟ ਕਰ ਸਕਦੇ ਹੋ, ਲਿੰਕ ਮਿਲ ਜੂਗਾ ਡਿਸਕ੍ਰਿਪਸ਼ਨ ਵਿੱਚ, ਅਗਰ ਤੁਸੀਂ ਚਾਹੋ ਤਾਂ ਸਪੋਰਟ ਕਰ ਸਕਦੇ ਹੋ। ਮੈਂ ਕਾਫੀ ਟਾਈਮ ਤੋਂ ਮਤਲਬ ਉਸ 'ਤੇ ਮਿਹਨਤ ਕਰ ਰਿਹਾ, ਬਟ ਰਿਸਪੋਂਸ ਬਹੁਤ ਘੱਟ ਆ ਰਿਹਾ ਭਰਾਵਾਂ ਦਾ, ਤਾਂ ਜ਼ਰੂਰ ਚੈੱਕਆਊਟ ਕਰਨਾ ਅਗਰ ਤੁਸੀਂ ਕੁਕਿੰਗ ਦੇ ਸ਼ੌਕੀਨ ਹੋ ਤਾਂ ਗੇਮਿੰਗ ਦੇ ਸ਼ੌਕੀਨ ਹੋ। ਬਾਕੀ ਪੱਗ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋ ਚੁੱਕੀ ਆ ਆਪਣੀ। ਹੁਣ ਆਪਾਂ ਦੋਨੋਂ ਹੱਥਾਂ ਨਾਲ ਜਿਹੜਾ ਲੜ ਉੱਪਰਲੇ ਖੋਲ ਲੈਣੇ ਆ, ਜਿਹੜੇ ਕਿ ਆਪਣਾ ਉੱਪਰੋਂ ਦੀ ਸਿਰ ਢੱਕਣਾ, ਤੁਹਾਨੂੰ ਪਤਾ ਹੀ ਆ ਉਹ ਤਾਂ ਬਿਲਕੁਲ ਸੌਖਾ ਹੁੰਦਾ, ਇਸ 'ਚ ਕੋਈ ਜ਼ਿਆਦਾ ਮਿਹਨਤ ਨਹੀਂ ਹੁੰਦੀ ਹੈਗੀ, ਸਿਰ ਢੱਕ ਲੈਣਾ ਨੋਰਮਲੀ। ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਜਲਦ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ।